ਕਾਊਂਟ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ। ਪਿਛਲੇ ਦਿਨੀ ਅੰਮ੍ਰਿਤਸਰ ਨਿਵਾਸੀ ਨੌਜਵਾਨ ਦਮਨਦੀਪ ਸਿੰਘ ਵੱਲੋਂ ਕਸਬਾ ਅਖਾੜਾ ਵਿਖੇ ਆ ਕੇ ਕੀਤੀ ਖੁਦਕੁਸ਼ੀ ਮਾਮਲੇ ਵਿੱਚ ਅਖਾੜਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਰਿਸ਼ਤੇਦਾਰਾਂ ਅਤੇ ਸਥਾਨਕ ਮੋਹਤਬਾਰਾਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦੇ ਇਨਸਾਫ਼ ਦੀ ਮੰਗ ਕੀਤੀ। ਪਿਛਲੇ ਦਿਨੀ ਅੰਮ੍ਰਿਤਸਰ ਨਿਵਾਸੀ ਨੌਜਵਾਨ ਦਮਨਦੀਪ ਸਿੰਘ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਵਿਖੇ ਆ ਕੇ ਕੀਤੀ ਖੁਦਕੁਸ਼ੀ ਉਪਰੰਤ ਜਿੱਥੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੇ ਪਰਿਵਾਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਉੱਥੇ ਲੜਕੀ ਦੇ ਰਿਸ਼ਤੇਦਾਰਾਂ, ਸਥਾਨਕ ਵਾਸੀਆਂ ਅਤੇ ਮੋਹਤਬਾਰਾਂ ਨੇ ਇਸ ਨੂੰ ਇੱਕ ਤਰਫਾ ਪਿਆਰ ਦੀ ਕਾਰਵਾਈ ਕਰਾਰ ਦਿੰਦਿਆਂ ਪੁਲਿਸ ਕਾਰਵਾਈ ਦੀ ਸਖ਼ਤ ਆਲੋਚਨਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਅਖਾੜਾ ਮੁਖੀ ਗੁਰਚਰਨ ਸਿੰਘ ਹੋਰਾਂ ਨੇ ਕਿਹਾ ਕਿ ਇਸ ਸਬੰਧੀ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ, ਬਾਕੀ ਜਾਂਚ ਪੜਤਾਲ ਜਾਰੀ ਹੈ। ਇਸ ਸੰਬੰਧੀ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਦੀ ਵਿਸ਼ੇਸ਼ ਰਿਪੋਰਟ। ਠੀਕ ਹੈ, ਇੱਥੋਂ ਦੀ ਕੁੜੀ ਨਾਲ ਇਹਨਾਂ ਦੀ ਮਤਲਬ ਅਫੇਅਰ ਸੀਗਾ ਦੋਵਾਂ ਦਾ, ਅਤੇ ਉਹ ਕੁੜੀ ਇਹਨੂੰ ਸੱਦਦੀ ਸੀ ਇੱਥੇ ਮਿਲਣ ਲਈ, ਅਤੇ ਇਹਦੇ ਮਾਮੇ ਦਿੰਦੇ ਸੀ ਤਾਂ ਕੁੜੀ ਦਾ ਪਿੰਡ ਖਾਲੜਾ, ਮੁੰਡੇ ਦਾ ਸ਼ਹਿਰ ਅੰਮ੍ਰਿਤਸਰ। ਓਕੇ, ਠੀਕ ਹੈ ਜੀ, ਅਤੇ ਕੁੜੀ ਵਾਲੇ ਸੱਦਦੇ ਸੀ ਇਹਨੂੰ ਇੱਥੇ, ਅੱਜ ਕੁੜੀ ਨੇ ਬੁਲਾਇਆ ਵਾ, ਇੱਥੇ ਬੁਲਾ ਕੇ ਇਹਦੇ ਮਾਮਿਆਂ ਨੇ ਅਤੇ ਕੁੜੀ ਨੇ ਰਲ ਕੇ ਇਹਨਾਂ ਨੂੰ ਖਵਾਇਆ, ਮਤਲਬ ਕਿ ਨਹੀਂ ਕਰਨਾ ਉਹ ਵੀ ਮੰਨਦੇ ਨਹੀਂ ਸੀ, ਅਤੇ ਅਸੀਂ ਵੀ ਕਿਹਾ ਉਹ ਕੁੜੀ ਵਾਰ ਵਾਰ ਫੋਨ ਕਰਦੀ ਸੀ, ਅਤੇ ਉਹ ਅੱਜ ਬੇਚਾਂਸ ਹੋ ਗਏ। ਇਹੋ ਕਰਦੇ ਕਿ ਉਹਨਾਂ ਦੇ ਸਖ਼ਤ ਪਰਚਾ ਹੋਣਾ ਚਾਹੀਦਾ ਅਤੇ ਉਹਨਾਂ ਸਾਰੀ ਫੈਮਿਲੀ ਨੂੰ ਅੰਦਰ ਹੋਣੀ ਚਾਹੀਦੀ ਹੈ, ਕਾਰਵਾਈ ਪੂਰੀ ਪਾ ਕੇ ਕਾਰਵਾਈ ਪੂਰੀ ਹੋਵੇ। ਮੇਰਾ ਨਾਂ ਚਰਨਜੀਤ ਸਿੰਘ। ਮੇਰੇ ਘਰੋਂ ਉਹਨਾਂ ਨੇ ਫੈਕਟਰੀ ਚੱਲਿਆ, ਜਾਣਦੇ 7:30 ਵਜੇ ਮੈਂ ਫੈਕਟਰੀ ਚੱਲਿਆ ਹੁਣ, ਅਤੇ ਘਰੋਂ ਫੈਕਟਰੀ ਜਾ ਕੇ ਕਹਿੰਦੇ ਸਰ ਉੱਥੇ ਜਾ ਕੇ ਕਹਿੰਦੇ ਉਹਨੂੰ ਟੈਲੀਫੋਨ, ਉਹ ਕੁੜੀ ਜਾਂਦਾ ਟੈਲੀਫੋਨ ਆਇਆ ਵਾ ਕੁੜੀ ਦਾ ਵੀ ਸਾਡਾ ਉਧਰੋਂ ਐਨੂੰ ਆ ਗਿਆ ਸਾਹਿਬ। ਤੁਸੀਂ ਵੀ ਦੇਖੋ ਵੀ ਇੱਕ ਉਹਦਾ ਭਰਾ ਆ ਉਹ ਬੈਂਕ ਦੇ ਵਿੱਚ ਆ, ਕੈਸ਼ੀਅਰ ਦਾ ਕੰਮ ਕਰਦਾ, ਮਾਂ ਉਹਦੀ ਜਿਹੜੀ ਆ ਉਹ ਆਪਣਾ ਹੈਗੀ ਆ ਆਪਣਾ ਮਾਸਟਰਾਣੀ ਉਹ ਡਿਊਟੀ 'ਤੇ ਆ, ਅਤੇ ਕੁੜੀ ਘਰ ਇਕੱਲੀ ਆ। ਦੱਸੋ ਮੈਨੂੰ ਇਹ ਗੱਲ ਦਾ ਜਵਾਬ ਕਿਸੇ ਵੀ ਉੱਥੋਂ ਲਾਗੋਂ ਬੰਨਿਓ ਪੁੱਛੋ ਵੀ ਕੁੜੀ ਇਕੱਲੀ ਜਿਹੜੀ ਆ ਉਹ ਇਹ ਕੰਮ ਕਰ ਸਕਦੀ ਹੈ ਜਿਹੜਾ ਇਹਨੇ ਜਿਹੜਾ ਇਹਨਾਂ ਘਰ ਵਾਲਿਆਂ ਨੇ ਦੋਸ਼ ਲਾਏ। ਨਹੀਂ, ਉਹ ਜੇ ਉਸ ਦਿਨ ਲੜਕੀ ਮਤਲਬ ਘਰ 'ਚ ਇਕੱਲੀ ਸੀ, ਬਾਕੀ ਪਰਿਵਾਰਕ ਮੈਂਬਰ ਜਿਹੜੇ ਸੀ ਉਹ ਡਿਊਟੀ 'ਤੇ ਗਏ, ਉਹ ਸਾਰੇ ਹੀ ਡਿਊਟੀ 'ਤੇ ਗਏ ਆ। ਰਜਿਸਟਰ ਚੈੱਕ ਕਰ ਲੈਣ, ਉਹ ਲੜਕਾ ਜਿਹੜਾ ਬੈਂਕ ਦੇ ਵਿੱਚ ਆ, 5 ਕੈਮਰੇ ਲੱਗੇ, ਬਾਹਰੀ ਕੀਤੀ ਜਾਵੇ, ਮਹਿਕਮਾ ਆਣ ਕੇ ਨਿਕਵਾਰੀ ਕਰੇ ਅਤੇ ਲੋਕਾਂ ਨੂੰ ਵਿਖਾਵੇ ਅਤੇ ਐਵੇਂ ਲਿਆਏ ਜਾਣ ਕੇ 50-60 ਕਿਲੋਮੀਟਰ ਤੋਂ ਆਣ ਕੇ ਬੰਦਾ, ਅਤੇ ਇਕੱਲੀ ਕੁੜੀ ਨੂੰ ਆਖੇ ਮੇਰੇ ਨਾਲ ਚੱਲ, ਅਤੇ ਜਦੋਂ ਕੁੜੀ ਨਹੀਂ ਜਾਂਦੀ ਅਤੇ 5-7 ਨਾਲ ਲਿਆਣ ਕੇ ਗੁੰਡੇ, ਅਤੇ ਬਾਜ਼ਾਰ ਦੇ ਵਿੱਚ ਉਹਦੀ ਖਿੱਚਾ ਧੂਈ ਕਰੇ, ਅਤੇ ਮੁੜ ਕੇ ਉਹ ਦਵਾਈ ਦਾ ਜਾਂ ਕੋਈ ਵੀ ਬਹਾਨਾ ਬਣਾ ਕੇ, ਕੋਈ ਨਸ਼ੇ ਦਾ ਬਹਾਨਾ ਬਣਾ ਕੇ, ਅਤੇ ਉਹ ਉਹਨੂੰ ਡਰਾਵੇ ਧਮਕਾਵੇ, ਜੇ ਤਾਂ ਕੁੜੀ ਚਲੀ ਜਾਵੇ ਅਤੇ ਫਿਰ ਲੋਕਾਂ ਕਹਿਣਾ ਵੀ ਇਹ ਨਿਕਲ ਗਈ ਆ, ਅਤੇ ਜੇ ਕੁੜੀ ਨਹੀਂ ਜਾਂਦੀ ਅਤੇ ਫਿਰ ਉਹ ਲੜਕਾ ਕੁਛ ਵੀ ਕਰੇ, ਨਸ਼ਾ ਕਰੇ, ਕੁਛ ਵੀ ਕਰੇ, ਅਤੇ ਉਹਦੀ ਮੌਤ ਹੋ ਜਾਵੇ, ਅਤੇ ਉਹਦੇ ਘਰਦਿਆਂ 'ਤੇ ਅਤੇ ਉਹਦੇ 'ਤੇ ਇਲਜ਼ਾਮ ਇਹ ਲੱਗੂਗਾ ਅੱਗੇ ਤੋਂ। ਮੰਨ ਲਓ ਮੈਂ ਇਹ ਆਹਨਾ ਹੈ ਵੀ ਜੇ ਕੁੜੀ ਦਾ ਕੱਲ੍ਹ ਨੂੰ ਕੋਈ ਉੱਥੇ ਬਾਜ਼ਾਰ ਦੇ ਵਿੱਚ ਖੜੋਤੀ ਹੋਊ ਅਤੇ ਮੈਂ ਉਹਨੂੰ ਆਖੂੰਗਾ ਜਾਂ ਹੋਰ ਕੋਈ ਮੇਰਾ ਭਰਾ ਆਖੂਗਾ ਮੇਰੇ ਨਾਲ ਵਿਆਹ ਕਰਾ, ਅਤੇ ਉਹ ਵਿਆਹ ਨਹੀਂ ਕਰਾਊਗੀ, ਅਤੇ ਉਹਦੇ ਨਾਲ ਮਤਲਬ ਉਹਨੂੰ ਮੈਂ ਦਾਬਾ ਮਾਰੂੰਗਾ ਵੀ ਮੈਂ ਸ਼ੀਸ਼ੀ ਦਵਾਈ ਦੀ ਪੀ ਲੂੰਗਾ, ਅਤੇ ਦੱਸੋ ਇਹ ਹਿੰਦੁਸਤਾਨ ਦੇ ਵਿੱਚ ਕਾਨੂੰਨ ਲਾਗੂ ਆ? ਅੱਛਾ ਜੀ, ਇੱਕ ਉਹਨਾਂ ਨੂੰ ਦੋਸ਼ ਲਾਏ ਜਾ ਰਹੇ ਵੀ ਕੁੜੀ ਨੇ ਫੋਨ ਕਰਕੇ ਬੁਲਾਇਆ, ਕੀ ਵਾਕਿਆ ਕੁੜੀ ਨੇ ਫੋਨ ਕੀਤਾ ਸੀ? ਮੈਂ ਤੁਹਾਨੂੰ ਕੋਲੋਂ ਇਨਕੁਆਰੀ ਕਰਾਓ, ਇਹਦੀ ਸਟੇਟਮੈਂਟ ਕਢਾਓ, ਸਾਰੇ ਪ੍ਰੂਫ ਚਾਹੇ ਲੋਕਾਂ ਨੂੰ ਨੇ ਫੋਨ ਕੀਤਾ ਹੁੰਦਾ ਤੇ ਕੁੜੀ ਦੇ ਨਾਲ ਕੋਈ ਗਨਮੈਨ ਲੱਗੇ ਸੀ। ਆਰਜੀ ਇੱਥੋਂ ਤੱਕ ਆ ਵੀ ਜੇ ਕੁੜੀ ਨੂੰ ਦਾਬੇ ਮਾਰਦੇ ਰਹੇ ਆ, ਨਾਲ 2 ਗੱਡੀਆਂ ਹੈ, 7-8 ਜਾਣੇ ਆ, ਜਦੋਂ ਕੁੜੀ ਨੇ ਨਹੀਂ ਅਗਲੇ ਮੈਨੂੰ ਵਾਹ ਪੇਸ਼ ਗਈ, ਬਾਜ਼ਾਰ ਦੀ ਗੱਲ ਆ, ਕੋਲ ਆਣ ਕੇ ਵੇਖੋ
ਉੱਥੇ ਉਹਨੇ ਰੌਲਾ ਪਾਇਆ ਏ, ਚੁੱਕਣ ਦੀ ਕੋਸ਼ਿਸ਼ ਕੀਤੀ ਆ ਤੇ ਫੇਰ ਉਹਨਾਂ ਡਰਾਮਾ ਕੀਤਾ। ਪੁਲਿਸ ਨੂੰ, ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ, ਤੁਹਾਡਾ ਫਰਜ਼ ਬਣਦਾ ਤੁਸੀਂ ਪੁਲਿਸ ਨੂੰ ਦਰਖਾਸਤ ਉਹਨੇ ਕਿਉਂ ਨੀ ਦਿੱਤੀ ਕਿ ਉਹ ਜ਼ਬਰਦਸਤੀ ਏਦਾਂ ਕਰ ਰਹੇ ਸੀ? ਇਹਨਾਂ ਕਿਸੇ ਨੇ ਮੌਕਾ ਥੋੜੀ ਦਿੱਤਾ ਹੈ। ਪਰਸੋਂ ਦੀ ਤੇ ਗੱਲ ਨਾ ਬਣਾਓ, ਹਿੰਦੁਸਤਾਨ ਚ ਕਾਨੂੰਨ ਇਹ ਨਾ ਲਾਗੂ ਕਰੋ, ਕੰਮ ਸੇ ਕੰਮ ਜੋ ਵੀ ਤੁਸੀਂ ਕਰਨਾ ਹੈ ਉਹ ਨਿਕਵਾਰੀ ਕਰਕੇ ਕੀਤਾ ਜਾਵੇ। ਜੇ ਕੋਈ ਦੋਸ਼ੀ ਆ ਤੇ ਉਹ ਤੇ ਕਾਰਵਾਈ ਕੀਤੀ ਜਾਵੇ, ਜੇ ਕੋਈ ਨਹੀਂ ਦੋਸ਼ੀ ਤੇ ਉਹਨੂੰ ਇਹ ਕੰਮ ਕਰਨ ਤੋਂ ਬਿਲਕੁਲ ਇਲਜ਼ਾਮ ਲਾਉਣਾ। ਇਹ ਦੱਸੋ ਮੈਨੂੰ ਉਹ ਕੁੜੀ ਦੀ ਕੀ ਕੱਲ ਨੂੰ ਉਹਨਾਂ ਵਿਆਹਣੀ ਆ ਕਿ ਕਿੱਥੇ ਕੀ ਕਰਨਗੇ ਉਹ। ਇੱਕ ਨੌਜਵਾਨ ਵੱਲੋਂ ਕੀਤੀ ਗਈ ਖੁਦਕਸ਼ੀ ਮਾਮਲੇ ਵਿੱਚ ਗੱਲ ਕਰਦੇ ਹਾਂ ਇੱਕ ਨੌਜਵਾਨ ਦੇ ਨਾਲ ਜੋ ਰਾਹਗੀਰ ਨੌਜਵਾਨ ਜੀ ਆਪਣਾ। ਹਰਪਾਲ ਸਿੰਘ ਆ ਜੀ, ਮੈਂ ਵਾਸੀ ਖਾਲੜਾ ਦਾ ਜੀ। ਇਸ ਮੌਕੇ ਦੌਰਾਨ ਮੈਂ ਟਰੈਕਟਰ ਲੈ ਕੇ ਜਾਣ ਦਿਆ ਸੀ ਬਾਜ਼ਾਰ ਤੋਂ, ਅਤੇ ਜਦੋਂ ਮੈਂ ਵੇਖਿਆ ਕਿ ਇਹਦਾ ਰੌਲਾ ਪੈਂਦਾ ਰਿਹਾ ਹੈ, ਰੌਲਾ ਪੈਂਦਾ ਵੇਖ ਕੇ ਅਤੇ ਮੈਂ ਟਰੈਕਟਰ ਡੱਕਿਆ ਹੈ, ਅਤੇ ਕੁੜੀ ਕੋਈ ਸ਼ੋਰ ਕਰ ਰਹੀ ਹੈ, ਸ਼ੋਰ ਕਰਦੇ ਵਕਤ ਮੈਂ ਟਰੈਕਟਰ ਡੱਕਿਆ ਦੇਖਿਆ ਅਤੇ ਕੁਛ ਨੌਜਵਾਨ ਉਸਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਹ ਦੇਖ ਕੇ ਟਰੈਕਟਰ ਡੱਕਿਆ ਹੈ। ਇਸ ਰੌਲੇ ਦੌਰਾਨ ਹੋਰ ਵੀ ਲਾਗੋਂ ਦੋ ਚਾਰ ਜਵਾਨ ਆਏ ਆ, ਅਸੀਂ ਲਾਗੇ ਜਾਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਡੱਕਦੇ ਹਾਂ, ਪਰ ਉਹਨਾਂ ਨੇ ਆਉਂਦੇ ਵੱਲ ਜਦੋਂ ਵੇਖਿਆ ਇਹ ਗੱਲ ਵੇਖ ਕੇ ਉਹ ਉੱਥੋਂ ਦੌੜ ਗਏ। ਨਹੀਂ, ਉਹ ਕਿੰਨੇ ਕੁ ਬੰਦੇ ਹੋਣਗੇ? ਉਹ ਜੀ ਸੱਤ ਅੱਠ ਜਾਣੇ ਸੀ, ਸੱਤ ਅੱਠ ਜਾਣੇ ਨੇ। ਉਸਦੇ ਵਿੱਚੋਂ ਮੂੰਹਾਂ ਬੱਧੇ ਉਹਨਾਂ ਨੇ ਕਿ ਸਾਡੀ ਕੋਈ ਚਿਹਰਾ ਲੱਗ ਪਿਆ ਕਰਕੇ ਬਾਹਰ ਖਿੱਚ ਕੇ ਵੀ ਨਾਲ ਲੈ ਕੇ ਜਾਣਾ, ਅਤੇ ਉਹਨੇ ਕਿਹਾ ਵੀ ਮੈਂ ਨਹੀਂ ਜਾਣਾ। ਇਸ ਤਰ੍ਹਾਂ ਕਰਕੇ ਇਹਨੂੰ ਧਮਕੀਆਂ ਦੇਣ ਲੱਗ ਪਿਆ ਵੀ ਜਿਸ ਤਰ੍ਹਾਂ ਕਾਲਜਾਂ ਦੇ ਮੁੰਡੇ ਆਮ ਕਰਦੇ ਆ ਵੀ ਮੈਂ ਤੈਨੂੰ ਜ਼ਹਿਰ ਦੀ ਪੁੜੀ ਮਖਾ ਕੇ ਤੈਨੂੰ ਮਰ ਜਾਣਾ, ਜਾਂ ਵੀ ਆ ਉਹ ਕਰ ਲਾ। ਜੇ ਕੁੜੀ ਦੇ ਵਿੱਚ ਕੋਈ ਗੱਲ ਹੁੰਦੀ ਅਤੇ ਕੁੜੀ ਜਿਹੜੀ ਉਹ ਚੋਬਰ ਕੇ ਤੁਰ ਪੈਂਦੀ ਇਹੋ ਜਿਹੀ ਘਟਨਾ ਨਾ ਹੁੰਦੀ। ਉਹਨੇ ਬਾਅਦ ਦੇ ਵਿੱਚ ਮੁੜ ਕੇ ਦੁਨੀਆ ਸਾਰੀ ਕਤਲ ਹੋ ਗਈ, ਅਸੀਂ ਗਏ ਜਾ ਕੇ ਵੇਖਿਆ ਉਹ ਮੁੰਡਾ ਜਿਹੜਾ ਸੀ ਉਹ ਜਾ ਕੇ ਆਪਣੇ ਜਾ ਕੇ ਕਾਰ 'ਚ ਵੜ ਗਿਆ, ਕਾਰ 'ਚ ਵੜ ਕੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਮੁੜ ਕੇ ਅਸੀਂ ਉੱਥੋਂ ਵਾਪਸ ਆ ਗਏ ਕਿ ਕੁੜੀ ਦਾ ਕੀ ਮੁੜ ਕੇ ਪੁਲਿਸ ਨੂੰ ਪਤਾ ਹੋਊ ਜਾਂ ਕਿਸੇ ਨੂੰ ਕੀ ਪਤਾ ਕਬ ਕੀ ਪਤਾ। ਬੱਚੇ ਪੜ੍ਹਦੇ ਆ ਚਲੋ ਇਕੱਠੇ ਹੁੰਦੇ ਆ ਸਕੂਲਾਂ 'ਚ, ਉਹ ਨਹੀਂ ਗੱਲ ਹੁੰਦੀ, ਪਰ ਜੇ ਕੋਈ ਗੱਲ ਹੁੰਦੀ ਫਿਰ ਕੁੜੀ ਨੇ ਉਸਾ ਚੱਲ ਜਾਣਾ ਸੀ, ਕੁੜੀ ਨੇ ਇਹੋ ਜਿਹੀ ਗੱਲ ਨਹੀਂ ਸੀ ਹੋਣੀ। ਫਿਰ ਇਹੋ ਜਿਹੀ ਖਿੱਚ ਧੂ ਵਾਲੀ ਗੱਲ ਨਹੀਂ ਬਣਦੀ ਕੋਈ ਨਹੀਂ। ਇੱਕ ਬੰਨੇ ਸਰਕਾਰਾਂ ਦੀ ਆ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸਿੱਖਿਆ ਵੀ ਇੱਕ ਬੰਨੇ ਇਹ ਕਰਨ ਡਈ ਹੈ, ਇੱਕ ਬੰਨੇ ਜੇ ਇਸ ਤਰ੍ਹਾਂ ਨਜਾਇਜ਼ ਹੋਣ ਲੱਗ ਪਿਆ ਤਾਂ ਫਿਰ ਕੰਮ ਸਾਰਾ ਹੀ ਖਰਾਬ ਹੈ। ਅਸੀਂ ਇੱਥੇ ਸਾਡੇ ਜਗਦੀਸ਼ ਰਾਏ ਪ੍ਰਧਾਨ ਹੈ ਜੀ, ਉਹਦੀ ਦੁਕਾਨ 'ਤੇ ਸਾਰੇ ਹੀ ਬੈਠੇ ਹੋਏ ਹਾਂ, ਅਤੇ ਜਦੋਂ ਇਹ ਮੁੰਡਾ ਕਿਤੇ ਆਇਆ ਕਾਰ 'ਤੇ ਪੰਜ ਸੱਤ ਜਣੇ ਨਾਲ ਲੈ ਕੇ ਆਇਆ, ਅਤੇ ਇਹਨੇ ਉਹਨਾਂ ਨਾਲ ਕੁੜੀ ਘਰ ਇਕੱਲੀ ਸੀ, ਨਾ ਦੀ ਮਾਤਾ ਘਰ ਸੀ ਨਾ ਦਾ ਭਰਾ ਦਾ ਬੈਂਕ 'ਚ ਲੱਗਾ ਵਾ, ਉਹ ਬੈਂਕ 'ਚ ਗਿਆ ਹੋਊਗਾ। ਇਹ ਕਿਤੇ ਘਰ ਉਹਦੇ ਆਇਆ ਤਾਂ ਕੁੜੀ ਨੇ ਅੱਗੋਂ ਉਹਨੂੰ ਆਖਿਆ ਮੈਂ ਤੈਨੂੰ ਜਾਣਦੀ ਨਹੀਂ ਬੁੱਝਦੀ ਨਹੀਂ, ਤੂੰ ਮੈਨੂੰ ਕਿਹਦੀ ਗੱਲੋਂ ਪਰੇਸ਼ਾਨ ਕਰਨ ਦਿਆਂ। ਇਹ ਉਹਨੂੰ ਬਾਹਾਂ ਫੜ ਕੇ ਖਿੱਚਦਾ ਸੀ ਅਤੇ ਉਹ ਨਹੀਂ, ਕੁੜੀ ਨੇ ਕੋਈ ਗੱਲ ਆਖੀ ਉਹਨਾਂ ਨੇ ਤੂੰ ਕੌਣ ਹੈ ਮੈਨੂੰ ਪਰੇਸ਼ਾਨ ਕਰਨ ਵਾਲਾ। ਉਦੋਂ ਬਾਅਦ ਜਿਹੜੇ ਮੁੰਡੇ ਆ ਉਹ ਭੱਜ ਗਏ ਆ, ਇਹ ਆਪਣੀ ਕਾਰ 'ਚ ਬਹਿ ਗਿਆ ਹੈ। ਮੁੜ ਕੇ ਪਤਾ ਨਹੀਂ ਕੀ ਇਹਨਾਂ ਨਾਲ ਹੋਇਆ ਕੀ ਨਹੀਂ ਹੋਇਆ, ਕਿਸੇ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ, ਕੁੜੀ ਵਾਲਿਆਂ ਦੀ ਕੋਈ ਗਲਤੀ ਵਾਲੇ ਜਿਹੜੇ ਲੜਕੀ ਪਰਿਵਾਰ ਆ ਇਹਨਾਂ ਨੂੰ ਸਾਫ ਦਿੱਤਾ ਜਾਵੇ, ਇਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਆਇਆ ਹੈ। ਜਦੋਂ ਮਾਂ ਘਰ ਹੀ ਨਹੀਂ, ਕੋਈ ਰਿਸ਼ਤੇਦਾਰ ਘਰ ਨਹੀਂ, ਕੋਈ ਭਰਾ ਨਹੀਂ ਘਰ, ਇਕੱਲੀ ਕੁੜੀ ਘਰ ਆ, ਕੁੜੀ ਨੇ ਆਖਿਆ ਮੇਰੀ ਤੇਰੇ ਨਾਲ ਕੋਈ ਜਾਣ ਨਹੀਂ, ਕੋਈ ਪਛਾਣ ਨਹੀਂ, ਜਾਂ ਕੋਈ ਜਾਣ ਪਛਾਣ ਹੋਵੇ ਜਾਂ ਕੁੜੀ ਨੇ ਘਰ ਸੱਦਿਆ ਹੋਵੇ ਫਿਰ ਤਾਂ ਆਪਾਂ ਉਹਦਾ ਚੰਗੇ ਲੱਗਦੇ ਵੀ ਸਾਡੀ ਕੋਈ ਜਾਣ ਪਛਾਣ ਨਹੀਂ, ਜਾਂ ਇਹਨੂੰ ਘਰ ਸੱਦਿਆ ਹੈ ਕੋਈ ਗੱਲ ਹੀ ਨਹੀਂ। ਤੇ ਉਹਨਾਂ ਦਾ ਦੋਸ਼ ਹੈ ਜੀ ਕੁੜੀ ਨੂੰ ਮਤਲਬ ਬੁਲਾਇਆ, ਕੁੜੀ ਨੇ ਬੁਲਾਇਆ ਵਾ ਮੁੰਡੇ? ਨਾ ਜੀ ਨਾ, ਕੋਈ ਕਿਸੇ ਨੇ ਕੁੜੀ ਨੇ ਘਰ ਹੀ ਨਹੀਂ ਵੜਨ ਦਿੱਤਾ ਇਹਨੂੰ, ਤੇ ਇਹਦੇ ਬਾਹਰੋਂ ਖਲੋ ਕੇ ਲਾਲਾ ਕਰਦੇ ਰਹੇ ਤੇ ਕੁੜੀ ਦੀ ਬਾਂਹ ਖਿੱਚਦੇ ਰਹੇ ਤੇ ਕੁੜੀ ਨੇ ਮੁੜ ਕੇ ਰੌਲਾ ਪਾਇਆ, ਮੈਨੂੰ ਬੰਦੇ ਪੈ ਗਏ ਆ। ਸਰ ਜੀ, ਇੱਕ ਨਾ ਪਿਛਲੇ ਦਿਨ ਹੀ ਇੱਥੇ ਖਾੜਾ ਵਿਖੇ ਇੱਕ ਨੌਜਵਾਨ ਵੱਲੋਂ ਆਣ ਕੇ ਸੁਸਾਈਡ ਕੀਤੀ ਗਈ ਸੀ ਤੇ ਉਹ ਪਰਿਵਾਰ ਵੱਲੋਂ ਕੁਝ ਐਲੀਗੇਸ਼ਨ ਲਗਾਏ ਗਏ ਸੀ, ਉਹ ਕੀ ਮਾਮਲਾ ਜਿਹੜਾ ਵਾ ਉਹਦਾ ਸਟੇਟਸ ਕੀ ਹੈ ਜੀ? ਸਰ ਦੇਖੋ ਜੀ, ਜੋ ਉਹਨਾਂ ਬਿਆਨ ਲਗਾਇਆ ਉਹਦੇ ਮੁਤਾਬਕ 306 ICC ਦਾ ਪਰਚਾ ਦਰਜ ਕੀਤਾ ਗਿਆ,
ਦੋ ਮਾਮਿਆਂ ਦੇ ਭਰਾ ਅਤੇ ਲੜਕੀ ਦੀ ਮਾਂ ਅਤੇ ਲੜਕੀ ਦੇ ਸਾਰਿਆਂ ਦੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ। ਲੇਕਿਨ ਇੱਥੋਂ ਦੇ ਜਿਹੜੇ ਮੁਤਬਰ ਨੇ ਇਲਾਕੇ ਦੇ ਅਤੇ ਕੁਝ ਉਹ ਲੜਕੀ ਦੇ ਰਿਸ਼ਤੇਦਾਰਾਂ ਨਾਲ ਜੋ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਲੜਕੀ ਵੱਲੋਂ ਇੱਥੇ ਆ ਕੇ ਸੁਸਾਈਡ ਕੀਤੀ ਗਈ ਆ ਅਤੇ ਉਹਨੂੰ ਕਿਸੇ ਨੇ ਕੰਪੈਲ ਨਹੀਂ ਕੀਤਾ, ਉਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ? ਲੜਕਾ ਖਲੜੀ ਆਇਆ, ਇੱਥੋਂ ਦਾਖਲ ਕਰਵਾਇਆ ਗਿਆ ਉਹਨੂੰ, ਜਿਵੇਂ ਉਹਨੇ ਦਵਾਈ ਖਾਧੀ ਜਿਵੇਂ ਪਤਾ ਲੱਗਾ, ਪੁਲਿਸ ਪਾਰਟੀ ਵੀ ਨਾਲ ਉੱਤੇ ਮੌਕੇ 'ਤੇ ਗਈ ਸੀ ਬਚਾਉਣ ਵਾਸਤੇ ਉਹਨੂੰ। ਉਹਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅੱਗੇ ਜਿਹੜੀ ਕਾਰਵਾਈ ਸਾਹਮਣੇ ਲੈਣੀ। ਠੀਕ ਹੈ ਜੀ, ਗੱਲਬਾਤ ਕਰ ਲਈ, ਚਲੋ ਧੰਨਵਾਦ।